ਇੱਕ ਲੁਟੇਰਾ ਆਪਣਾ ਮੂੰਹ ਬੰਨ ਕੇ ਪਹਿਲਾਂ ਦਵਾਈਆਂ ਵਾਲੀ ਦੁਕਾਨ ਦੇ ਵਿੱਚ ਵੜਦਾ ਹੈ ਤੇ ਉੱਥੇ ਮੌਜੂਦ ਲੜਕੇ ਤੋਂ ਦਵਾਈਆਂ ਮੰਗਦਾ ਤੇ ਜਦੋਂ ਦਵਾਈ ਲੈ ਲੈਂਦਾ ਹੈ ਤਾਂ ਆਪਣੀ ਜੇਬ ਦੇ ਵਿੱਚੋਂ ਤੇਜ਼ਧਾਰ ਹਥਿਆਰ ਕੱਢਦਾ ਤੇ ਮੁੰਡੇ ਤੇ ਹਮਲਾ ਕਰ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਜੋ ਵੀ ਗੱਲੇ ਦੇ ਵਿੱਚ ਰਾਸ਼ੀ ਪਈ ਹੈ ਉਹ ਉਸ ਨੂੰ ਦੇ ਦੇਵੇ। ਇਸ ਤੋਂ ਇਲਾਵਾ ਜਦੋਂ ਨੌਜਵਾਨ ਮਨਾ ਕਰਦਾ ਹੈ ਤਾਂ ਉਸ ਉੱਤੇ ਵਾਰ ਵੀ ਕਰਦਾ ਨਜ਼ਰ ਆਉਂਦਾ ਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਹਿਲਾਂ ਇਹ ਲੁਟੇਰਾ ਦਵਾਈ ਲੈਂਦਾ ਫਿਰ ਉਸੇ ਨੌਜਵਾਨ 'ਤੇ ਹਮਲਾ ਵੀ ਕਰਦਾ ਨਜ਼ਰ ਆਉਂਦਾ ਤੇ ਗੱਲੇ ਦੇ ਵਿੱਚੋਂ ਪੈਸੇ ਕੱਢਦਾ ਤੇ ਉਸ ਨੌਜਵਾਨ ਦਾ ਫੋਨ ਵੀ ਚੁੱਕ ਲੈਂਦਾ ਤੇ ਉਸਦੇ ਪਰਸ ਦੇ ਵਿੱਚੋਂ ਵੀ ਪੈਸੇ ਕਢਵਾ ਲੈਂਦਾ ਤੇ ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਲੁਟੇਰਾ ਉਸ ਮੁੰਡੇ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਆਪ ਫਰਾਰ ਹੋ ਜਾਂਦਾ ਜਿਸ ਤੋਂ ਬਾਅਦ ਮੁੰਡਾ ਉਸ ਕਮਰੇ 'ਚੋਂ ਬਾਹਰ ਨਿਕਲਦਾ ਤੇ ਲੁਟੇਰੇ ਦੇ ਪਿੱਛੇ ਭੱਜਣ ਦੀ ਕੋਸ਼ਿਸ਼ ਕਰਦਾ ਪਰ ਇਹ ਲੁਟੇਰਾ ਆਪਣੀ ਬਾਈਕ 'ਤੇ ਫਰਾਰ ਹੋ ਜਾਂਦਾ। ਇਹ ਤਸਵੀਰਾਂ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਖਾਰਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਸ ਅਣਪਛਾਤੇ ਵਿਅਕਤੀ ਨੇ ਮੈਡੀਕਲ ਸਟੋਰ ਦੇ ਵਿੱਚ ਦਾਖਲ ਹੋ ਕੇ ਉੱਥੇ ਮੌਜੂਦ ਇਸ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਲੁੱਟ ਖੋਹ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ। ਇਸ ਮੌਕੇ ਨੌਜਵਾਨ ਨੇ ਦੱਸਿਆ ਕਿ ਉਸ ਵੱਲੋਂ ਉਸਦਾ ਪਿੱਛਾ ਵੀ ਕੀਤਾ ਗਿਆ ਪਰ ਲੋਕਾਂ ਵੱਲੋਂ ਮਦਦ ਨਾ ਕਰਨ ਦੇ ਕਾਰਨ ਉਹ ਫਰਾਰ ਹੋ ਗਿਆ ਤੇ ਲੁੱਟ ਦਾ ਸ਼ਿਕਾਰ ਨੌਜਵਾਨ ਅਤੇ ਦੁਕਾਨ ਤੇ ਮੌਜੂਦ ਲੋਕਾਂ ਵੱਲੋਂ ਲੁਟੇਰੇ ਖਿਲਾਫ ਹੁਣ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਦੂਜੇ ਪਾਸੇ ਹੁਣ ਪੁਲਿਸ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਸੀਸੀਟੀਵੀ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਲੁਟੇਰੇ ਨੂੰ ਜਲਦੀ ਕਾਬੂ ਕਰਨ ਦਾ ਭਰੋਸਾ ਵੀ ਦਿੱਤਾ ਹੈ। ਫਿਲਮੀ ਸਟਾਈਲ ਦੇ ਵਿੱਚ ਮੈਡੀਕਲ ਸਟੋਰ ਦੇ ਉੱਪਰ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ। ਦੱਸਦੀ ਕਿ ਇੱਕ ਵਿਅਕਤੀ ਜਿਹੜਾ ਮੈਡੀਕਲ ਸਟੋਰ ਦੇ ਉੱਪਰ ਅੰਦਰ ਦਾਖਲ ਹੁੰਦਾ ਹੈ, ਜਿਸ ਤੋਂ ਬਾਅਦ ਉੱਥੇ ਮੌਜੂਦ ਕਰਿੰਦਰ ਨੂੰ ਇੱਕ ਤੇਜ਼ਧਾਰ ਹਥਿਆਰ ਨਾਲ ਡਰਾਉਂਦਾ ਹੈ ਔਰ 4500 ਰੁਪਏ ਦੇ ਕਰੀਬ ਦੀ ਲੁੱਟ ਉੱਥੋਂ ਕੀਤੀ ਜਾਂਦੀ ਹੈ। 4500 ਰੁਪਇਆ ਕੈਸ਼ ਉਸਦੇ ਨਾਲ ਇੱਕ 500 ਰੁਪਇਆ ਜਿਹੜਾ ਮੁੰਡੇ ਦੀ ਜੇਬ ਦੇ ਵਿੱਚ ਹੁੰਦਾ ਹੈ ਉਸਨੂੰ ਜਿਹੜਾ ਲੁੱਟ ਖੋਹ ਕੀਤੀ ਜਾਂਦੀ ਹੈ ਔਰ ਇੱਕ ਮੋਬਾਈਲ ਫੋਨ ਜਿਹੜਾ ਲੁਟੇਰਾ ਲੈ ਕੇ ਉੱਥੋਂ ਫਰਾਰ ਹੋ ਜਾਂਦਾ। ਦੱਸਦੀ ਕਿ ਪੂਰਾ ਮਾਮਲਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਖਾਰਾ ਦਾ ਹੈ ਜਿੱਥੇ ਇੱਕ ਮੈਡੀਕਲ ਸਟੋਰ ਸੀਤਾ ਜਿੱਥੋਂ ਲੁੱਟ ਕੀਤੀ ਜਾਂਦੀ ਹੈ। ਫਿਲਹਾਲ ਪੁਲਿਸ ਦੀ ਨੌਲੇਜ ਦੇ ਵਿੱਚ ਮਾਮਲਾ ਆ ਚੁੱਕਾ ਔਰ ਪੁਲਿਸ ਨੇ ਵੀ ਜਿਹੜੀ ਹੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਸਾਰੀ ਘਟਨਾ ਉੱਥੇ ਲੱਗੇ ਜਿਹੜੀ ਹੈ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਹੈ। ਮੇਰਾ ਨਾਮ ਸਾਹਿਲ ਸਿੰਘ ਆ, AS ਮੈਡੀਕਲ ਆਪਣਾ ਖਾਰਾ ਪਿੰਡ ਵਿੱਚ ਤੇ 1 ਵਜੇ ਦਾ ਟਾਈਮ ਸੀ ਤੇ ਵੀਰ ਆਇਆ ਸੀ ਕੋਈ ਦਵਾਈ ਲੈਣ, ਮੂੰਹ ਮਾ ਬੰਨਿਆ ਸੀ ਉਹਨੇ ਤੇ ਆ ਕੇ ਮੈਂ ਦਵਾਈ ਦੇਂਦਾ ਤੇ ਮਗਰੋਂ ਉਹਨੇ ਗਡਾਸੀ ਜੀ ਕੱਢ ਲਈ ਛੋਟੀ ਜੀ ਤੇ ਫੋਨ ਫੜ ਲਿਆ ਪਹਿਲਾਂ ਮੇਰਾ, ਫਿਰ ਇੱਥੇ ਗੱਲੇ ਵੱਲ ਆਇਆ ਮੈਨੂੰ ਪਿੱਛੇ ਧੱਕਿਆ ਤੇ ਉਹਨੇ ਗੰਡਾਸੀ ਮਾਰੀ ਮੇਰੇ ਹੱਥ 'ਤੇ ਮਾਰੀ ਇੱਕ ਅਤੇ ਇੱਕ ਇੱਥੇ ਮੋਢੇ 'ਤੇ ਮਾਰੀ ਸੀ ਤੇ ਫਿਰ ਪੈਸੇ ਪੁਸੇ ਕੱਢੇ ਮੇਰੀ ਜੇਬ 'ਚੋਂ ਵੀ ਪੈਸੇ ਕੱਢੇ ਉਹਨੇ ਅਤੇ ਉੱਥੇ ਪਿੱਛੇ ਤਾੜਿਆ ਮੈਨੂੰ ਅਤੇ ਫਿਰ ਚੱਲਿਆ ਸੀ ਭਾਅ ਚੱਲਿਆ ਸੀ। ਫਿਰ ਮੈਂ ਮਗਰ ਗਿਆ ਉਹਦੇ 'ਤੇ ਮੋਟਰਸਾਈਕਲ ਤੋਂ ਉਹਨੂੰ ਸੁੱਟ ਕੇ ਅਤੇ ਫਿਰ ਇੱਥੇ ਬੰਦਿਆਂ ਨੂੰ ਵਾਜ ਵੂਜ ਮਾਰੀ ਕੋਈ ਆਇਆ ਨਹੀਂ ਲੱਗ ਗਿਓ ਨਜ਼ਰ ਫਿਰ ਉਹ ਭੱਜ ਗਿਆ। ਕਿੰਨੇ ਕੁ ਪੈਸੇ ਸੀ? ਪੈਸੇ ਸੇਲ ਦੇ ਹੀ ਹੁੰਦੇ ਇੱਥੇ ਜਿੰਨੇ ਉਹ 1 ਵਜੇ ਤੱਕ ਸੀ। ਹਾਂਜੀ, ਤੇਰੇ ਆਪਦੇ ਕਿੰਨੇ ਪੈਸੇ? ਮੇਰੇ ਤਾਂ ਥੋੜ੍ਹੇ ਸੀ, 500-600 ਰੁਪਏ ਸੀ। ਗੱਲੇ 'ਚ ਹੋਊ 7-8 ਹਜ਼ਾਰ ਰੁਪਇਆ? ਹਾਂਜੀ, ਇੱਥੇ ਘੁਣੇ ਆ, ਇੱਥੇ ਘੁਣੇ ਆ। ਲੱਗਦਾ ਵੀ ਬੰਦਾ ਪਛਾਣ ਚਾਹੁੰਦਾ ਜਾਂ ਕੀ ਹੈ, ਕਿਸ ਤਰ੍ਹਾਂ? ਬੰਦਾ ਕੋਈ ਬਾਹਰ ਦਾ ਸੀ, ਅਣਪਛਾਤਾ। ਹਾਂਜੀ, ਪੁਲਿਸ ਨੂੰ ਕੰਪਲੇਂਟ ਕੀਤੀ? ਪੁਲਿਸ ਕੋਲ ਕੰਪਲੇਂਟ ਕੀਤੀ ਸੀ ਤੇ ਉਹ ਕਹਿੰਦੇ ਵੀ ਮੋਟਰਸਾਈਕਲ ਦਾ ਨੰਬਰ ਦੱਸੋ ਸਾਨੂੰ। ਉਹਨਾਂ ਕੋਲ ਗਏ ਤੇ ਉਹਨਾਂ ਕੋਈ ਕਾਰਵਾਈ ਕੀਤੀ ਨਹੀਂ। ਮੇਰਾ ਨਾਂ ਜਰਮਨਜੀਤ ਸਿੰਘ, ਪਿੰਡ ਖਾਰਾ। ਇੱਥੇ ਗੱਲਬਾਤ ਹੋਈ ਕਿ ਮੁੰਡਾ ਬੈਠਾ ਸੀ ਦਿਨ ਦਿਹਾੜੇ
1 ਵਜੇ ਆ ਕੇ ਜਿਹੜਾ ਮੈਡੀਕਲ ਇੱਥੇ ਆ ਕੇ ਇਹਨਾਂ ਮੁੰਡੇ ਨੂੰ ਪਹਿਲਾਂ ਤਾਂ ਦਵਾਈ ਮੰਗੀ ਆ, ਉਦੋਂ ਬਾਅਦ ਨਾ ਫਿਰ ਉਹਨੇ ਦਵਾਈ ਦੇਣ ਲੱਗਾ ਮੁੰਡਾ, ਅਤੇ ਫਿਰ ਬਾਅਦ 'ਚ ਉਹਨੇ ਕੀਤਾ ਵੀ ਪਹਿਲਾਂ ਮੋਬਾਈਲ ਉਹਦਾ ਮੁੰਡੇ ਦਾ ਦਵਾਈ ਫੜ ਕੇ ਅਤੇ ਨਾਲ ਮੋਬਾਈਲ ਫੜ ਲਿਆ, ਮੋਬਾਇਲ ਫੜ ਕੇ ਅਤੇ ਮੁੜ ਕੇ ਇੱਕ ਸ਼ਸਤਰ ਛੋਟਾ ਜਿਹਾ ਕੱਢਿਆ ਗੰਡਾਸੀ ਜੀ, ਮਤਲਬ 2.5 ਹੱਥ ਹੋਣੀ ਆ, ਅਤੇ ਉਹ ਕੱਢ ਕੇ ਅਤੇ ਮੁੰਡੇ ਨੂੰ ਕਹਿੰਦਾ ਵੀ ਜੋ ਕੁਝ ਹੈਗਾ ਦੇ ਦੇ, ਅਤੇ ਗੱਲਾਂ ਗੁੱਲਾਂ ਫੋਲ ਕੇ ਅਤੇ ਮੁੰਡਾ ਇਕੱਲਾ ਹੈ, ਅਤੇ ਉਹ ਵਿਚਾਰਾ ਡਰ ਗਿਆ ਅਤੇ ਮੋਬਾਈਲ ਵੀ ਲੈ ਗਿਆ ਉਹਦਾ, ਅਤੇ ਮਤਲਬ ਦੂਜਾ ਪੈਸੇ ਵੀ ਇਹਦੇ ਕੋਲ ਕੱਢ ਕਢਾ ਕੇ ਲੈ ਗਿਆ ਬਟੂਏ 'ਚ। ਇਹ ਗੁੰਡਾਗਰਦੀ ਬਹੁਤ ਜ਼ਿਆਦਾ ਵੱਧ ਗਈ ਹੈ, ਇਹ ਚਾਹੀਦਾ ਪੁਲਿਸ ਨੂੰ ਹੀ ਮਤਲਬ ਥੋੜ੍ਹਾ ਜਿਹਾ ਤੰਦ ਕੱਸਣਾ ਚਾਹੀਦਾ, ਵੀ ਜੇਕਰ ਕੋਈ ਬੰਦਾ ਜਿਹੜਾ ਜਿਹਨੂੰ ਜੇ ਟਰੇਸ ਹੁੰਦਾ ਵੀ ਆ ਬੰਦਾ ਤਾਂ ਉਹਨੂੰ ਚੁੱਕ ਕੇ ਅਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਵੱਧ ਤੋਂ ਵੱਧ। ਇਹ ਨਹੀਂ ਵੀ ਅੱਜ ਬੰਦਾ ਮਾੜੀ ਛੋਟੀ ਮੋਟੀ ਚੋਰੀ ਕਰਤੀ ਆ ਅਤੇ 7-8 ਦਿਨ ਜਮਾਨਤ 'ਤੇ ਬਾਹਰ ਆ ਜਾਵੇ, ਪੁਲਿਸ ਦੀ ਕਾਰਵਾਈ ਇਹ ਹੈ ਕਿ ਪੁਲਿਸ ਥੋੜ੍ਹਾ ਜਿਹਾ ਨੂੰ ਖਿੱਚ ਕੇ ਅੰਦਰ ਕਰੇਗੀ, ਜਿਹੜਾ ਨਾ ਕੋਈ 5-7 ਜਿਹੜਾ ਉਹ ਬਾਹਰ ਨਾ ਆਵੇ ਅਤੇ ਥੋੜ੍ਹੀ ਬਹੁਤੀ ਉਹਨੂੰ ਅਕਲ ਆ ਜਾਵੇ ਅਤੇ ਬਾਕੀ ਆਪਣੇ ਸੁਧਾਰ ਹੋ ਜੂਗੇ। ਇਹ ਜੀ ਇੱਕ ਅਜਮੇਰ ਸਿੰਘ ਸਾਨਵ ਗੁਰਪਾਲ ਸਿੰਘ ਜੀ ਚੰਬਾ ਕਲਾਂ ਦਾ ਰਹਿਣ ਵਾਲਾ, ਇਹਦਾ ਇੱਕ ਮੈਡੀਕਲ ਸਟੋਰ ਹੈ ਪਿੰਡ ਖਾਰਾ ਪਿੰਡਾ ਜੀ, ਉੱਥੇ ਇਹਨੇ ਇੱਕ ਮੁੰਡਾ ਸੈਲ ਨਾਂ ਦਾ ਆਪਣੇ ਮੈਡੀਕਲ ਸਟੋਰ 'ਤੇ ਜਿਹੜਾ ਰੱਖਿਆ ਹੋਇਆ ਸੀ, ਇੱਕ ਮੁੰਡਾ ਜਿਹੜਾ ਅਣਪਛਾਤਾ ਆਉਂਦਾ ਪਹਿਲਾਂ ਉਹਦੇ ਨਾਲ ਕੋਈ ਦਵਾਈ ਦੀ ਗੱਲ ਕਰਦਾ ਵੀ ਮੈਨੂੰ ਇਹ ਦੇ ਦਿਓ ਉਹ ਦੇ ਦਿਓ, ਬਾਅਦ ਦੇ ਵਿੱਚ ਜਦੋਂ ਦੇਖਦਾ ਵੀ ਇੱਥੇ ਹੁਣ ਬੰਦੇ ਘੱਟ ਨੇ ਅਤੇ ਇੱਕ ਵਾੜੀ ਕੱਢ ਕੇ ਅਤੇ ਉਹਦੇ ਮਾਰਦਾ ਪਿੱਛੋਂ ਕੱਢ ਕੇ, ਉਹਦੇ ਨਾਲ ਇਹਦੇ ਹੱਥ 'ਤੇ ਇੱਕ ਸੱਟ ਲੱਗ ਜਾਂਦੀ ਹੈ ਅਤੇ ਇੰਨੇ ਚਿਰ ਨੂੰ ਥੋੜ੍ਹਾ ਮੁੰਡਾ ਉਹ ਘਬਰਾ ਜਾਂਦਾ ਸ਼ਾਇਦ, ਇਹ ਉਹਦੇ ਜਿਹੜੇ ਦਰਾਜ ਦੇ ਵਿੱਚੋਂ ਹੈ ਜੀ 4500 ਰੁਪਈਆ ਅਤੇ ਉਹਦਾ ਜਿਹੜਾ ਇੱਕ ਪਰਸ ਹੈ ਉਹਦੇ 'ਚੋਂ 500 ਰੁਪਈਆ ਕੱਢ ਕੇ ਇੱਕ ਮੋਬਾਈਲ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦਾ, ਜਿਹਦੇ ਸੰਬੰਧੀ ਸਾਨੂੰ ਇਨਪੁੱਟ ਮਿਲੀ ਸੀ। ਅਸੀਂ ਇਹਨਾਂ ਦੇ ਜਾ ਕੇ ਜਿਹੜੀ ਹੈ ਦੁਕਾਨ ਦੇ ਵਿੱਚ ਕੈਮਰੇ ਲੱਗੇ ਆ ਅਤੇ ਅੱਗੋਂ ਜਿਹਦੇ ਨੂੰ ਗਿਆ ਅਸੀਂ ਉਹਦੇ ਕੈਮਰਿਆਂ ਦੀ ਉਹਦੀ ਚੈਕਿੰਗ ਕਰ ਰਹੇ ਹਾਂ ਅਤੇ ਇਹਨਾਂ ਨੇ ਜੋ ਸਾਨੂੰ ਕੰਪਲੇਂਟ ਦਿੱਤੀ ਉਹ ਕੰਪਲੇਂਟ ਦੇ ਆਧਾਰ 'ਤੇ ਅਸੀਂ FIR ਦਰਜ ਕਰ ਰਹੇ ਹਾਂ।